ਵਿੱਚ ਬੱਚੇ ਬਣਾ ਰਹੇ ਸੀ ਵੀਡੀਓ। ਫੋਰਚੂਨਰ ਚਾਲਕ ਮਹਿਲਾ ਦਾ ਚੜਿਆ ਪਾਰਾ, ਪਿਸਤੌਲ ਨਾਲ ਹੀ ਬੱਸ 'ਚ ਚੜੀ ਮਹਿਲਾ, ਪਿਸਤੌਲ ਨਾਲ ਔਰਤ ਨੂੰ ਵੇਖ ਸਹਿਮੇ ਬੱਚੇ। ਇੱਕ ਸਕੂਲੀ ਵੈਨ ਦੇ ਵਿੱਚ ਬੱਚੇ ਵੀਡੀਓ ਬਣਾ ਰਹੇ ਸੀ ਤਾਂ ਇੱਕ ਫੋਰਚੂਨਰ ਚਾਲਕ ਔਰਤ ਨੂੰ ਗੁੱਸਾ ਆ ਗਿਆ ਅਤੇ ਵੀਡੀਓ ਡਿਲੀਟ ਕਰਾਉਣ ਲਈ ਔਰਤ ਪਿਸਟਲ ਲੈ ਕੇ ਹੀ ਵੈਨ ਦੇ ਵਿੱਚ ਵੜ ਗਈ। ਪਿਸਟਲ ਨਾਲ ਔਰਤ ਨੂੰ ਦੇਖ ਬੱਚੇ ਸਹਿਮ ਗਏ ਤੇ ਸਕੂਲ ਪ੍ਰਿੰਸੀਪਲ ਕੋਲ ਜਦੋਂ ਇਹ ਮਾਮਲਾ ਪਹੁੰਚਿਆ ਤਾਂ ਸਕੂਲ ਪ੍ਰਿੰਸੀਪਲ ਨੇ ਤੁਰੰਤ ਸਮਰਾਲਾ ਥਾਣੇ ਨੂੰ ਇਸਦੀ ਸੂਚਨਾ ਦਿੱਤੀ। ਇਸ ਸੰਬੰਧੀ ਨਿੱਜੀ ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵੈਨ ਜਿਸਦੇ ਵਿੱਚ 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀ ਸਨ, ਇਹ ਵੈਨ ਜਦੋਂ ਸਮਰਾਲਾ ਬਾਈਪਾਸ ਦੇ ਉੱਤੋਂ ਸਕੂਲ ਨੇੜੇ ਪੁੱਜਣ ਲੱਗੀ ਤਾਂ ਪਿੱਛੋਂ ਆ ਰਹੀ ਇੱਕ ਫੋਰਚੂਨਰ ਗੱਡੀ ਜਿਸ ਨੂੰ ਇੱਕ ਮਹਿਲਾ ਚਲਾ ਰਹੀ ਸੀ ਉਸ ਵੱਲੋਂ ਆਪਣੀ ਗੱਡੀ ਨੂੰ ਸਕੂਲ ਵੈਨ ਦੇ ਅੱਗੇ ਲਗਾ ਕੇ ਵੈਨ ਨੂੰ ਰੋਕਿਆ ਗਿਆ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਉਸ ਮਹਿਲਾ ਦੇ ਹੱਥ ਦੇ ਵਿੱਚ ਪਿਸਟਲ ਸੀ। ਉਹ ਮਹਿਲਾ ਵੈਨ ਦੇ ਅੰਦਰ ਦਾਖਲ ਹੋਈ ਅਤੇ ਉਸਨੇ ਬੱਚਿਆਂ ਨੂੰ ਕਿਹਾ ਕਿ ਜੋ ਤੁਸੀਂ ਵੀਡੀਓ ਬਣਾ ਰਹੇ ਹੋ ਉਸ ਨੂੰ ਤੁਰੰਤ ਡਿਲੀਟ ਕਰੋ। ਉਹਨਾਂ ਨੇ ਕਿਹਾ ਕਿ ਹਾਲਾਂਕਿ ਇਹ ਬੱਚੇ ਸਨੈਪਚੈਟ ਖੇਲ ਰਹੇ ਸਨ, ਉਹਨਾਂ ਨੇ ਕਿਹਾ ਕਿ ਇਸ ਘਟਨਾਕ੍ਰਮ ਤੋਂ ਬਾਅਦ ਵੈਨ ਅੰਦਰ ਬੱਚੇ ਬੁਰੀ ਤਰ੍ਹਾਂ ਸਹਿਮ ਗਏ। ਫਿਲਹਾਲ ਪ੍ਰਿੰਸੀਪਲ ਵੱਲੋਂ ਹੁਣ ਇਸ ਮਹਿਲਾ ਦੇ ਖਿਲਾਫ ਥਾਣੇ ਦੇ ਵਿੱਚ ਮਾਮਲਾ ਦਰਜ ਕਰਵਾ ਲਿਆ ਗਿਆ ਅਤੇ ਹੁਣ ਪੁਲਿਸ ਵੱਲੋਂ ਇਸ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ ਤੇ ਤਫਤੀਸ਼ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਦਿੱਤੀ ਦਰਖਾਸਤ ਦੇ ਵਿੱਚ ਇੰਡਾਈਵਰ ਗੱਡੀ ਦਾ ਜ਼ਿਕਰ ਕੀਤਾ ਗਿਆ, ਪਰ ਹੁਣ ਉਹਨਾਂ ਵੱਲੋਂ ਫੋਰਚੂਨਰ ਦੇ ਬਿਆਨ ਦਿੱਤੇ ਗਏ ਨੇ। ਉਹਨਾਂ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਗੱਡੀ ਨੂੰ ਟਰੇਸ ਕਰਕੇ ਅਣਪਛਾਤੀ ਮਹਿਲਾ ਨੂੰ ਥਾਣੇ ਲਿਆ ਕੇ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਹੈ ਜੀ ਰਾਮ ਲਾਲ, ਪਿੰਡ ਸਿਹਾਲਾ ਜੀ ਮੇਰਾ। ਤੇ ਕੀ ਕੰਮ ਕਰ? ਮੈਂ ਡਰਾਈਵਿੰਗ ਕਰਦਾ ਜੀ ਆਪਣੇ ਗਾਰਡਨ ਵੈਲੀ 'ਚ ਸਕੂਲ 'ਚ। ਕੱਲ ਕੀ ਘਟਨਾ ਹੋਈ ਹੈ? ਘਟਨਾ ਵਾਪਰੀ ਹੈ ਜਿਹੜੀ, ਇਹ ਘਟਨਾ ਹੋਈ ਹੈ ਜੀ, ਮੈਂ ਮੱਛੋੜਾ ਸਾਹਿਬ ਤੋਂ ਆ ਰਿਹਾ ਤਾ ਜੀ, ਬੱਚੇ ਲੈ ਕੇ ਆ ਪਲੱਸ ਟੂ ਵਾਲੇ, ਉਹਨਾਂ ਨੂੰ 12 ਵਜੇ ਉੱਥੇ ਛੁੱਟੀ ਹੋ ਜਾਂਦੀ ਹੈ। ਮੈਂ 12:40 'ਤੇ ਆਪਣੇ ਆ ਬਾਈਪਾਸ 'ਤੇ, ਸਮਰਾਲਾ ਬਾਈਪਾਸ 'ਤੇ ਆ ਗਿਆ ਤਾ ਜੀ, ਅਤੇ ਮੈਂ ਤਾਂ ਆਪਣਾ ਆਰਾਮ ਨਾਲ ਆ ਰਿਹਾ ਜੀ ਉਹੀ 40 ਦੀ ਸਪੀਡ 'ਤੇ, ਅਤੇ ਪਿੱਛੋਂ ਫਾਰਚੂਨਰ ਗੱਡੀ ਆਈ ਜੀ ਮੇਰੇ, ਮਗਰ ਆਉਂਦੀ ਸੀ ਉਹ, ਜਦ ਮੈਂ ਪੁਲ ਉਤਰਿਆ ਜੀ, ਜਦ ਪੁਲ ਉੱਤਰਦੇ ਦੇਖੀ, ਜਦ ਉਹਨੇ ਕਨੈਕਟਰ ਸਾਈਡ ਨੂੰ ਮੇਰੇ ਅੱਗੇ ਕੱਢੀ, ਅੱਗੇ ਕੱਢ ਕੇ ਫਿਰ ਮੇਰੇ ਅੱਗੇ ਲਾਤੀ ਜੀ। ਜਦ ਮੇਰੇ ਅੱਗੇ ਲਾਈ, ਮੈਂ ਫਿਰ ਗੱਡੀ ਕਨੈਕਟਰ ਸਾਈਡ ਨੂੰ ਮੈਂ ਕੱਢਣ ਦੀ ਕੋਸ਼ਿਸ਼ ਕਰੀ, ਮੈਂ ਕਿਹਾ ਵੀ ਸ਼ਾਇਦ ਇਹਨੇ ਇੱਧਰ ਰੁਕਣਾ ਹੋਣਾ ਜੀ। ਜਦ ਉਹਨੇ ਹੌਲੀ ਕਰ ਲਈ ਗੱਡੀ ਮੇਰੇ ਮੂਹਰੇ, ਉਹਨੇ ਰੋਕ ਕੇ ਜੀ ਗੱਡੀ, ਫਿਰ 2 ਨੰਬਰ ਲਾਈਨ ਦੇ ਵਿੱਚ ਉਹਨੇ ਫਿਰ ਫਾੜ ਲਈ, ਉਹਨੇ ਛੋਟੇ ਲੋਡ ਕਰਕੇ ਗੱਡੀ ਲਾਤੀ ਮੂਹਰੇ, ਪਿਸਟਲ ਉਹਦੇ ਹੱਥ ਦੇ ਵਿੱਚ ਤਾਂ ਜਦੇ ਗੱਡੀ ਦੇ ਵਿੱਚ ਆ ਚੜੀ ਜੀ। ਆ ਕੇ ਉਹ ਜਦੇ ਬੱਚੇ ਨੂੰ ਕਹਿਣ ਲੱਗੀ ਵੀ ਉੱਠ, ਕਹਿੰਦੀ ਤੈਂ ਮੇਰੀ ਮੂਵੀ ਬਣਾਈ ਆ, ਉਹ ਮੇਰੀ ਮੂਵੀ ਡਿਲੀਟ ਕਰ, ਬਸ ਜੀ ਇੰਨੀ ਗੱਲ ਕਹਿ ਕੇ ਉਹ ਜਦੇ ਫਿਰ ਪਿਸਟਲ ਲੈ ਕੇ ਫਿਰ ਆਪਣੀ ਗੱਡੀ ਚਲੇ ਗਈ ਜੀ। ਬਸ ਉਹਦਾ ਨੰਬਰ ਨਹੀਂ ਦੇਖ ਪਾਏ ਅਸੀਂ, ਉਹਨੇ ਟੇਢੀ ਕਰਕੇ ਲਾਤੀ ਜੀ ਗੱਡੀ। ਕੀ ਲੱਗਦਾ ਲੇਡੀਜ਼ ਕੀ ਕਿੰਨੀ ਕੁ ਉਮਰ ਦੀ ਸੀ, ਕਿੱਦਾਂ ਦੀ ਲੱਗਦੀ ਸੀ ਉਹ ਲੇਡੀ ਜਿਹੜੀ? ਲੇਡੀਜ਼ ਉਹ ਹੀ ਹੈਗੀ ਸੀ 35 ਦੇ 35 ਸਾਲ ਦੇ ਗੇੜ 'ਚ ਸੀ। ਤੇ ਕਿੱਦਾਂ ਦਾ ਬਿਹੇਵੀਅਰ ਕਿਹਾ ਜਾ ਸੀ ਉਹਦਾ? ਕੁਛ ਐਡਾ ਤਾਂ ਕੁਛ ਲੱਗਿਆ ਨਹੀਂ, ਖਾਧਾ ਆ ਇਹਨਾਂ ਅੰਗਰੇਜ਼ੀ ਜੀ ਬੋਲੀ ਹੈ ਜੀ ਆ ਕੇ ਉਹ ਗੱਡੀ ਦੇ ਵਿੱਚ, ਜਾਣੀ ਮੈਨੂੰ ਕੁਛ ਨਹੀਂ ਕਿਹਾ ਜੀ ਉਹਨੇ, ਉਹਨੇ ਆ ਕੇ ਉਹ ਬੱਚਾ ਹੀ ਠਾਲ ਲਿਆ ਜਿਹਨੇ ਮੂਵੀ ਬਣਾਈ ਹੈ ਜੀ। ਇਹੋ ਜੀ ਤੁਸੀਂ ਬਾਅਦ 'ਚ ਪਤਾ ਵੀ ਕੀਤਾ ਹੋਣਾ ਸਟੂਡੈਂਟ ਤੋਂ, ਇੱਦਾਂ ਦੀ ਕਿਹੜੀ ਵੀਡੀਓ ਸੀ ਜਿਹੜੀ ਉਹਨਾਂ ਵੱਲੋਂ ਬਣਾਈ ਗਈ ਸੀ ਜਿਹੜੀ ਡਿਲੀਟ ਕਰਾਈ ਗਈ ਆ? ਇਹ ਨਹੀਂ ਜੀ ਮੈਨੂੰ ਪਤਾ, ਹੁਣ ਮੇਰਾ ਤਾਂ ਮੂਹਰੇ ਖਿਆਲ ਤਾਂ, ਮੈਨੂੰ ਤਾਂ ਬੱਚਾ ਵੀ ਨਹੀਂ ਪਤਾ ਤਾ ਜੀ ਕਿਹੜਾ ਬੱਚੇ ਨੇ ਬਣਾਈ ਆ ਕਿਹੜੇ ਨੇ ਨਹੀਂ। ਮੈਨੂੰ ਤਾਂ ਐਂ ਹੋ ਗਿਆ ਨਾ ਜੀ ਡਾਊਟ ਵੀ ਪਤਾ ਨਹੀਂ ਕੋਈ ਮੇਰੇ 'ਤੇ ਗਲਤੀ ਹੋ ਗਈ ਜਿਹੜੀ ਉਹਨੇ ਮੇਰੇ ਮੂਹਰੇ ਗੱਡੀ ਰੋਕੀ ਹੈ। ਇਹ ਜਿਹੜੀ ਘਟਨਾ ਕਿਵੇਂ ਦੇਖਦੇ ਹੋ ਤੁਸੀਂ ਇਹ ਘਟਨਾ? ਇਹ ਬਹੁਤ ਮਨ ਭਾਗੀ ਘਟਨਾ ਹੋਈ ਹੈ ਜੀ। ਉਹ ਜੇ ਫਰਜ਼ ਕੀਤਾ ਚਾਹੇ ਬੱਚਿਆਂ ਦੇ ਵੀ ਗੋਲੀ ਮਾਰ ਸਕਦੀ ਸੀ, ਮੇਰੇ ਵੀ ਮਾਰ ਸਕਦੀ ਸੀ, ਇਹ ਜਿਹੜੀ ਬਹੁਤ ਮਨ ਭਾਗੀ ਹੋਈ ਹੈ ਜੀ। ਬੱਚੇ ਡਰਦੇ ਹੋਣੇ, ਅੱਜ ਆਏ ਵੀ ਨਹੀਂ ਹੋਣੇ ਕਈ ਤਾਂ? ਹਾਂਜੀ ਅੱਜ ਆਏ ਵੀ ਨੇ ਬੱਚੇ ਕਈ,
ਤੇ ਬਹੁਤ ਜਣੀ ਮਨ ਭਾਗੀ ਹੋਈ ਹੈ। ਕਹਿਣਾ ਚਾਹੁੰਦੇ ਵੀ ਇਹਦੀ ਕਿਤੇ ਸਖ਼ਤ ਕੋਈ ਕਾਰਵਾਈ ਹੋਣੀ ਚਾਹੀਦੀ। ਤੁਹਾਡੇ ਵੱਲੋਂ ਫਿਰ ਆ ਕੇ ਸਕੂਲ 'ਚ ਦੱਸਿਆ ਗਿਆ ਐਫ ਆਈ ਆਰ ਦਰਜ ਕਰਾਈ ਗਈ ਹੈ? ਹਾਂਜੀ, ਸਮਰਾਲੇ ਥਾਣੇ ਦੇ ਵਿੱਚ ਐਫ ਆਰ ਆਈ ਦਰਜ ਕਰਾਈ ਗਈ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਵਾਤੀ ਕਹੀ ਹੈ, ਮੈਂ ਪ੍ਰਿੰਸੀਪਲ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਸਮਰਾਲਾ ਜਲਪੁਰਾ ਤੋਂ ਹਾਂ। ਅਤੇ ਕੱਲ੍ਹ ਇੱਕ ਬਹੁਤ ਹੀ ਅਜੀਬ ਜਿਹੀ ਘਟਨਾ ਘਟੀ ਜਿਹੜੀ ਅਸੀਂ ਕਦੇ ਵੀ ਐਕਸਪੈਕਟ ਨਹੀਂ ਕਰਦੇ, ਕਿਉਂਕਿ ਸਕੂਲ ਵਰਗੀ ਸੰਸਥਾ ਦੇ ਵਿੱਚ ਕਦੇ ਵੀ ਆਮ ਸਿਸਟਮ ਲਾਈਕ ਕੰਸ ਵਗੈਰਾ ਦਾ ਪ੍ਰਯੋਗ ਨਹੀਂ ਹੁੰਦਾ। ਸਾਡੇ ਬੱਚੇ ਮਾਛੀਵਾੜਾ ਤੋਂ ਵੈਨ 'ਚ ਆ ਰਹੇ ਸੀ, ਲਗਭਗ 25 ਬੱਚੇ ਸਵਾਰ ਸੀ, ਜਿਹ 'ਚ 11 ਬੱਚੀਆਂ ਸੀ ਔਰ 14 ਲੜਕੇ ਸੀ, ਸਾਰੇ ਮਾਈਨਰ ਸੀ। ਅਤੇ ਉਹ ਆਪਣੇ ਫੋਨ ਦੇ ਨਾਲ ਕੋਈ ਰੀਲ ਬਣਾ ਰਹੇ ਸੀ ਆਪਸ 'ਚ ਦੋਸਤਾਂ ਦੀ। ਸਡਨਲੀ ਉਹਨਾਂ ਦੀ ਵੈਨ ਕਿਸੇ ਅਨਨੋਨ ਲੇਡੀ ਨੇ ਰੋਕੀ, ਜਿਹੜੀ ਕਿ ਇੰਡੈਵਰ ਚਲਾ ਫਾਰਚੂਨਰ ਚਲਾ ਰਹੀ ਸੀ ਵਾਈਟ ਕਲਰ ਦੀ। ਉਹਨੇ ਫੋਰਸਫੁਲੀ ਵੈਨ ਨੂੰ ਰੋਕਿਆ ਔਰ ਉਹ ਵੈਨ 'ਚ ਆਈ, ਉਹਦੇ ਕੋਲ ਗਨ ਸੀ ਔਰ ਉਹਨੇ ਬੱਚਿਆਂ ਨੂੰ ਏਮ ਕਰਦੇ ਹੋਏ ਕਿਹਾ ਵੀ ਵੀਡੀਓ ਡਿਲੀਟ ਕਰ, ਤੂੰ ਮੇਰੀ ਵੀਡੀਓ ਬਣਾਈ ਹੈ। ਅਤੇ ਬੱਚਿਆਂ ਨੂੰ ਪਤਾ ਵੀ ਨਹੀਂ ਸੀ ਵੀ ਉਹ ਕਿਸ ਵੀਡੀਓ ਦੀ ਗੱਲ ਕਰ ਰਹੇ। ਦੋ ਉਹਨਾਂ ਨੇ ਆਪਣੀ ਵੀਡੀਓਜ਼ ਡਿਲੀਟ ਕੀਤੀਆਂ, ਫਿਰ ਉਹਨਾਂ ਨੇ ਦੂਜੇ ਬੱਚੇ ਵੱਲ ਗਨ ਕਰਕੇ ਕਿਹਾ ਵੀ ਇਹਦੀ ਚੈੱਕ ਕਰਨੀ ਹੋਗੀ। ਐਂਡ ਫਿਰ ਉਹ ਗਨ ਨੂੰ ਲਹਿਰਾਉਂਦੀ ਹੋਈ ਬਹੁਤ ਹੀ ਬੱਚਿਆਂ ਨੂੰ ਥ੍ਰੈਟਨ ਕਰਦੀ ਹੋਈ ਗੱਡੀ ਦੇ ਵਿੱਚ ਉਤਰ ਗਈ। ਪਹਿਲਾਂ ਉਹਨਾਂ ਨੇ ਡਰਾਈਵਰ ਦੇ ਵੱਲ ਨੂੰ ਏਮ ਕੀਤੀ ਵੀ ਤੇਰੀ ਵੈਨ ਦੇ ਵਿੱਚ ਇਹ ਹੋ ਰਿਹਾ। ਅਤੇ ਸਾਨੂੰ ਲੱਗਦਾ ਵੀ ਇਹ ਲਾਅ ਐਂਡ ਆਰਡਰ ਦੇ ਹਿਸਾਬ ਦੇ ਨਾਲ ਬਹੁਤ ਹੀ ਖਤਰਨਾਕ ਗੱਲ ਹੈ ਔਰ ਬੱਚੇ ਕੱਲ੍ਹ ਦੇ ਬਹੁਤ ਜ਼ਿਆਦਾ ਟਰੋਮਾ 'ਚ ਨੇ। ਅਤੇ ਅਸੀਂ ਪ੍ਰਸ਼ਾਸਨ ਤੋਂ ਮੀਡੀਆ ਤੋਂ ਚਾਹੁੰਦੇ ਹਾਂ ਵੀ ਸਾਡੀ ਹੈਲਪ ਕਰਨ ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਐਸੀਆਂ ਚੀਜ਼ਾਂ ਅੱਗੇ ਫੋਰਵਰਡ ਨਾ ਹੋ ਸਕਣ, ਕਿਉਂਕਿ ਬੱਚੇ ਆਪਾਂ ਸਾਰਿਆਂ ਦੇ ਸਾਂਝੇ ਹਾਂ ਔਰ ਕਿਸੇ ਦੀ ਵੀ ਸੁਰੱਖਿਆ ਜਿਹੜੀ ਆਪਣੇ ਹੱਥ 'ਚ ਰਹਿਣੀ ਚਾਹੀਦੀ ਹੈ ਔਰ ਖਾਸ ਕਰਕੇ ਬੱਚਿਆਂ ਨੂੰ ਐਸੇ ਟਰੋਮਾਸ ਤੋਂ ਨਾ ਗੁਜ਼ਰਨਾ ਪਵੇ। ਸਾਡੀ ਆਈ ਰਿਕੁਐਸਟ ਹੈ ਜਿਹੜੀ ਹੁੰਦੀ ਸਰ, ਇੱਕ ਮਾਮਲਾ ਸੀ ਕਿ ਉਹ ਬੱਸ ਰੁਕੀ ਗਈ ਹੈ ਜੀ ਕੱਲ੍ਹ ਸਕੂਲ ਵੈਨ, ਅਤੇ ਕੀ ਹੈਗਾ ਜੀ ਮਾਮਲਾ ਸਾਰਾ? ਮਾਮਲਾ ਸਾਡੇ ਧਿਆਨ 'ਚ ਆਇਆ, ਗਾਰਡਨ ਵੈਲੀ ਦਿਆਲਪੁਰਾ ਦੇ ਬੱਚੇ ਪਲੱਸ ਟੂ ਔਰ ਪਲੱਸ ਵਨ ਵਾਲੇ ਬੱਚੇ ਕੱਲ੍ਹ ਮਾਛੀਵਾੜਾ ਸਾਹਿਬ ਤੋਂ ਆ ਰਹੇ ਸੀ। ਜਦੋਂ ਬਾਈਪਾਸ 'ਤੇ ਪੁਲ ਤੋਂ ਉੱਪਰ ਦਿਆਲਪੁਰਾ ਵੱਲ ਨੂੰ ਕ੍ਰੋਸ ਕਰਨ ਲੱਗੇ ਅਤੇ ਅੱਗੇ ਇੱਕ ਡਰਾਈਵਰ ਦੇ ਕਹਿਣ ਮੁਤਾਬਕ ਫੋਰਚੂਨਰ ਗੱਡੀ ਉਹਨਾਂ ਦੀ ਗੱਡੀ ਦੇ ਅੱਗੇ ਆ ਕੇ ਸਲੋ ਹੋ ਗਈ ਅਤੇ ਹੌਲੀ ਹੌਲੀ ਕਰਕੇ ਗੱਡੀ ਰੁਕ ਗਈ। ਗੱਡੀ ਦੇ ਵਿੱਚੋਂ ਇੱਕ ਲੇਡੀਜ਼ ਉਤਰੀ, ਉਤਰ ਕੇ ਉਹਨੇ ਡਰਾਈਵਰ ਨੂੰ ਕਿਹਾ ਕਿ ਤੁਹਾਡੇ ਵਿੱਚ ਵੈਨ ਦੇ ਵਿੱਚ ਇੱਕ ਲੜਕਾ ਬੈਠਾ, ਉਹਨੇ ਮੇਰੀ ਵੀਡੀਓ ਬਣਾਈ ਹੈ, ਉਹ ਡਿਲੀਟ ਕਰਾਓ। ਡਰਾਈਵਰ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ। ਲੇਡੀਜ਼ ਘੁੰਮ ਕੇ ਬੱਸ ਦੇ ਵਿੱਚ ਆ ਗਈ ਅਤੇ ਉਹਨੇ ਲੜਕਾ ਪਛਾਣ ਲਿਆ, ਲੜਕੇ ਨੂੰ ਕਿਹਾ ਕਿ ਆਪਣੀ ਜਿਹੜੀ ਮੇਰੀ ਵੀਡੀਓ ਬਣਾਈ ਹੈ ਇਸ ਨੂੰ ਡਿਲੀਟ ਕਰੋ। ਲੜਕੇ ਨੇ ਡਿਲੀਟ ਕਰਤੀ ਅਤੇ ਲੇਡੀਜ਼ ਉਹ ਚਲੇ ਗਏ। ਸਰ ਇਹ ਵੀ ਕਿਹਾ ਜਾਂਦਾ ਵੀ ਗਨ ਪੁਆਇੰਟ ਤੇ ਹੋਇਆ ਜੀ ਸਾਰਾ ਇੰਸੀਡੈਂਟ, ਕੀ ਇਹਦੇ ਵਿੱਚ ਸੱਚਾਈ? ਅਸੀਂ ਡਰਾਈਵਰ ਨੂੰ ਬੁਲਾਇਆ ਸੀ, ਹੁਣ ਡਰਾਈਵਰ ਦੇ ਬਿਆਨ ਲਿਖੇ ਨੇ। ਡਰਾਈਵਰ ਨੇ ਇਹ ਗੱਲ ਦੱਸਿਆ, ਜਦੋਂ ਲੇਡੀਜ਼ ਗੱਡੀ ਵਿੱਚੋਂ ਉਤਰੀ, ਲੇਡੀਜ਼ ਦੇ ਹੱਥ ਵਿੱਚ ਰਿਵਾਲਵਰ ਸੀ ਅਤੇ ਰਿਵਾਲਵਰ ਕਵਰ ਦੇ ਵਿੱਚ ਸੀ ਅਤੇ ਉਹਦਾ ਹੱਥ ਥੱਲੇ ਸੀ, ਰਿਵਾਲਵਰ ਉਹਨੇ ਫੜਿਆ ਸੀ, ਕਵਰ ਦੇ ਵਿੱਚ ਸੀ ਰਿਵਾਲਵਰ ਉਹ। ਐਦੀ ਜਦੋਂ ਗਈ ਉਹ ਕਵਰ ਦੇ ਵਿੱਚ ਸੀ, ਥੱਲੇ ਕਿਸੇ ਵੱਲ ਤਾਣਿਆ ਨਹੀਂ ਹੈ, ਨਾ ਹੀ ਕਿਸੇ ਨਾਲ ਕੋਈ। ਉਹ ਜਿਹੜੇ ਲੜਕੇ ਦੀ ਵੀਡੀਓ, ਜਿਹੜੇ ਲੜਕੇ ਨੇ ਵੀਡੀਓ ਬਣਾਈ ਸੀ ਉਹਨੇ ਆਪਣੇ ਆਪ ਹੀ ਡਿਲੀਟ ਕੀਤੀ ਹੈ, ਲੇਡੀਜ਼ ਨੇ ਉਹਦਾ ਫੋਨ ਨਹੀਂ ਫੜਿਆ। ਅਸੀਂ ਕੈਮਰੇ ਖੰਗਾਲ ਰਹੇ ਹਾਂ ਜੀ, ਕਿਉਂਕਿ ਜਿਹੜੀ ਸਾਡੇ ਕੋਲ ਐਪਲੀਕੇਸ਼ਨ ਆਈ ਹੈ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ, ਉਹਦੇ ਵਿੱਚ ਉਹਨਾਂ ਨੇ ਗੱਡੀ ਅੰਡੈਵਰ ਦੱਸੀ ਹੈ ਅਤੇ ਡਰਾਈਵਰ ਦੱਸ ਰਿਹਾ ਗੱਡੀ ਫੋਰਚੂਨਰ ਜੀ। ਉਹ ਇਹਦੇ ਵਿੱਚ ਸਾਨੂੰ ਥੋੜ੍ਹੀ ਜਿਹੀ ਕਨਫਿਊਜ਼ਨ ਹੈ ਅਤੇ ਬਾਕੀ ਗੱਡੀ ਦੇ ਵਿੱਚ ਜਿਹੜੀ ਸਰਕਾਰੀ ਬੱਸ ਸਕੂਲ ਦੀ ਉਹਦੇ ਵਿੱਚ ਕੈਮਰੇ ਨਹੀਂ ਲੱਗੇ। ਜੋ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਵੀ ਕੈਮਰੇ ਲੱਗੇ ਹੈ, ਕੈਮਰੇ ਖਰਾਬ ਹੋਏ ਨੇ। ਜੋ ਕੋਈ ਗੱਲ ਸਾਹਮਣੇ ਆਉਂਦੀ ਉਸ ਹਿਸਾਬ ਨਾਲ ਕਾਰਵਾਈ ਹੋਏਗੀ ਜੀ, ਇੱਕ ਵਾਰ ਗੱਡੀ ਟਰੇਸ ਕਰ ਲਈਏ।